ਐਨ ਆਰ ਆਈ ਟੀ ਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਅਤੇ ਦਰਸ਼ਕੋ, ਚੋਣਾਂ ਦੇ ਦਿਨਾਂ ਦੇ ਵਿੱਚ ਬੜੀਆਂ ਜਿਹੜੀਆਂ ਅਜੀਬ ਘਟਨਾਵਾਂ ਵਾਪਰੀਆਂ ਨੇ। ਪਾਰਟੀਆਂ 'ਚੋਂ ਲੀਡਰ ਇੱਧਰ ਉੱਧਰ ਭੱਜ ਰਹੇ ਨੇ ਅਤੇ ਹੁਣ ਜਿਹੜੇ ਭਗੌੜੇ ਲੀਡਰ ਨੇ ਇੱਕ ਪਾਰਟੀ ਦੇ, ਉਹਨਾਂ ਦੇ ਲੋਕ ਕਿੰਨਾ ਕੁ ਵਿਸ਼ਵਾਸ ਕਰਦੇ ਨੇ। ਇੱਕ ਪਾਸੇ ਤਾਂ ਲੋਕਾਂ ਦੀਆਂ ਇੱਧਰ ਨਜ਼ਰਾਂ ਟਿੱਕੀਆਂ ਹੋਈਆਂ ਨੇ, ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ। ਹੁਣ ਜਿਹੜੀਆਂ ਆਮ ਆਦਮੀ ਪਾਰਟੀ ਆ, ਉਹਨਾਂ ਨੇ ਇੱਕ ਦਿਨ ਦੀ ਜਿਹੜੀ ਭੁੱਖ ਹੜਤਾਲ ਆ ਉਹ ਰੱਖੀ ਆ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ, ਕਿਉਂਕਿ ਜਿਹੜਾ ਸ਼ਹੀਦ ਭਗਤ ਸਿੰਘ ਆ ਉਹ ਨੌਜਵਾਨਾਂ ਦਾ ਪ੍ਰੇਰਨਾ ਸਰੋਤ ਆ। ਸ਼ਹੀਦ ਭਗਤ ਸਿੰਘ ਅਤੇ ਉਹਦੇ ਸਾਥੀਆਂ ਨੇ ਬੜੀ ਵੱਡੀ ਕੁਰਬਾਨੀ ਦੇਸ਼ ਦੇ ਵਾਸਤੇ ਕੀਤੀ ਆ। 23 ਮਾਰਚ 1931 ਨੂੰ ਜਿਹੜੇ ਸੀਗੇ, 23 ਮਾਰਚ ਨੂੰ ਸ਼ਹੀਦ ਕਰ ਦਿੱਤੇ ਗਏ, ਫਾਂਸੀ ਦੇ ਦਿੱਤੇ ਗਏ। ਹਾਲਾਂਕਿ ਉਹਨਾਂ 'ਤੇ ਕੋਈ ਐਡੇ ਗੰਭੀਰ ਕੇਸ ਨਹੀਂ ਸੀਗੇ ਅਤੇ ਉਹਨਾਂ ਨੇ ਜੋ ਲਿਖਤਾਂ ਨੇ ਉਹ ਵੀ ਲੋਕਾਂ ਦੇ ਸਾਹਮਣੇ ਨੇ ਅਤੇ ਬੜਾ ਵੱਡਾ ਜਿਹੜਾ ਯੋਗਦਾਨ ਆ ਉਹਨਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਪਾਇਆ ਵਾ। ਅਤੇ ਉਹਨਾਂ ਦੇ ਜਿਹੜਾ ਪਿੰਡ ਸੀ ਖਟਕੜ ਕਲਾਂ, ਉੱਥੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭੁੱਖ ਹੜਤਾਲ ਰੱਖੀ ਆ ਅਤੇ ਬੜੀਆਂ ਅਹਿਮ ਗੱਲਾਂ ਵੀ ਕੀਤੀਆਂ ਨੇ। ਇਸ ਵੇਲੇ ਜਿਹੜੀ ਦੇਸ਼ ਦੀ ਸਿਆਸਤ ਆ ਉਹ ਬੜੇ ਖਤਰਨਾਕ ਪਾਸੇ ਨੂੰ ਜਾ ਰਹੀ ਆ, ਕਿਉਂਕਿ ਆਪਾਂ ਦੇਖਦੇ ਹਾਂ ਹਰ ਰੋਜ਼ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਆਪਣੀਆਂ ਪਾਰਟੀਆਂ ਬਦਲ ਰਹੇ ਨੇ, ਇੱਧਰੋਂ ਉੱਧਰ ਭੱਜ ਰਹੇ ਨੇ ਅਤੇ ਕੌਣ ਕਿਸੇ 'ਤੇ ਵਿਸ਼ਵਾਸ ਕਰੇ, ਇਹ ਲੋਕਾਂ ਦੇ ਸਾਹਮਣੇ ਬੜਾ ਵੱਡਾ ਸਵਾਲ ਆ। ਲੋਕਾਂ ਦੀ ਇੱਕ ਮਨ ਦੇ ਵਿੱਚ ਸੀ ਕਿ ਸ਼ਾਇਦ ਆਹ ਪਾਰਟੀ ਨਹੀਂ ਉਹ ਪਾਰਟੀ ਆ ਜੇ ਅਤੇ ਸਾਡੇ ਜਿਹੜੇ ਮਸਲੇ ਨੇ ਉਹ ਹੱਲ ਹੋ ਜਾਣਗੇ, ਅਤੇ ਮੈਨੂੰ ਲੱਗਦਾ ਕਿ ਉਹ ਵੀ ਲੋਕਾਂ ਦੀ ਜਿਹੜੀ ਆਸ ਦੀ ਕਿਰਨ ਸੀ ਉਹ ਕਿਤੇ ਨਾ ਕਿਤੇ ਜਿਹੜੀ ਧੁੰਦਲੀ ਪੈ ਗਈ ਆ। ਲੋਕਾਂ ਨੂੰ ਇਉਂ ਲੱਗਦਾ ਕਿ ਇਹ ਪਾਰਟੀਆਂ ਜਿਹੜੀਆਂ ਸਾਡੇ ਮਸਲੇ ਹੱਲ ਕਰਨ ਵਾਲੀਆਂ ਨਹੀਂ। ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਨੇ ਪੂਰੇ ਦਮਖਮ ਦੇ ਨਾਲ ਜਿਹੜਾ ਆਪਣਾ ਇਹ ਵਿਰੋਧ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਆ। ਅਤੇ ਵੈਸੇ ਹੈਰਾਨੀਜਨਕ ਵੀ ਆ ਕਿ ਇੱਕ ਪ੍ਰਦੇਸ਼ ਦਾ, ਇੱਕ ਸਟੇਟ ਦਾ ਜਿਹੜਾ ਮੁੱਖ ਮੰਤਰੀ ਆ ਉਹ ਜਿਹੜਾ ਵਾ ਜੇਲ੍ਹ ਦੇ ਵਿੱਚ ਬੰਦ ਆ, ਅਤੇ ਕੋਈ ਜਿਹੜੀ ED ਆ, ਸੰਜੇ ਸਿੰਘ ਨੇ ਜੋ ਜੇਲ੍ਹ 'ਚੋਂ ਰਿਹਾ ਹੋ ਕੇ ਆਏ ਨੇ, ਕਿਹਾ ਕਿ 456 ਗਵਾਹ ਨੇ ਅਤੇ ਉਹਨਾਂ ਦੇ ਵਿੱਚੋਂ ਸਿਰਫ 4 ਨੇ ਹੀ ਅਰਵਿੰਦ ਕੇਜਰੀਵਾਲ ਦਾ ਨਾਂ ਲਿਆ, ਕਿਉਂਕਿ ਅਰਵਿੰਦ ਕੇਜਰੀਵਾਲ ਦੇ ਉੱਪਰ ਕੋਈ ਐਡਾ ਵੱਡਾ ਕੇਸ ਨਹੀਂ ਬਣਦਾ ਹੈਗਾ ਅਤੇ ਕੇਂਦਰ ਦੀ ਸਰਕਾਰ ਨੇ ਜਾਣਬੁੱਝ ਕੇ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਵਾ ਜੇਲ੍ਹ ਦੇ ਵਿੱਚ ਬੰਦ ਕੀਤਾ ਕਿ ਇਹਨਾਂ ਚੋਣਾਂ ਦੇ ਵਿੱਚ ਉਹ ਪ੍ਰਚਾਰ ਨਾ ਕਰ ਸਕਣ। ਅਸਲ ਦੇ ਵਿੱਚ ਸੱਚਾਈ ਕੀ ਆ, ਇਹ ਤਾਂ ਅਦਾਲਤ ਫੈਸਲਾ ਕਰੇਗੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੱਥ ਆ ਉਹ ਸਾਹਮਣੇ ਆ ਜਾਣਗੇ। ਅਤੇ ਪਰ ਹੈ ਜ਼ਰੂਰ ਕਿ ਜਿੰਨੀ ਵੱਡੀ ਪੱਧਰ 'ਤੇ ED ਦੇ ਛਾਪੇ ਮਾਰੇ ਜਾ ਰਹੇ ਨੇ, ਲੀਡਰਾਂ ਨੂੰ ਡਰਾਇਆ ਜਾ ਰਿਹਾ, ਆ ਸਾਡੇ ਸੰਸਦੀ ਹਲਕੇ ਦੇ ਵਿੱਚ ਜਿਹੜੇ ਥੋੜ੍ਹਾ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਚੋਣ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗਏ ਆ ਅਤੇ ਉਹ ਅੱਜ ਕੱਲ੍ਹ BJP ਦੇ ਚਿਹਰਾ ਨੇ, BJP ਦੇ ਉਮੀਦਵਾਰ ਨੇ। ਅਤੇ ਹੁਣ ਲੋਕ ਬੜੇ ਹਾਸੋ ਹੋਈ ਨਹੀਂ ਸਥਿਤੀ ਦੇ ਵਿੱਚ ਪਹੁੰਚ ਗਏ ਨੇ ਅਤੇ ਕਿਤੇ ਵਿਸ਼ਵਾਸ ਕੀਤਾ ਜਾਵੇ, ਕਿਹੜੀ ਪਾਰਟੀ ਨੂੰ ਵੋਟ ਪਾਈ ਜਾਵੇ, ਕੀ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਲੋਕ ਦੋ ਚਿੱਤੀ ਦੇ ਵਿੱਚ ਜ਼ਰੂਰ ਪੈ ਗਏ ਨੇ। ਅਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਰੀ ਆ ਕਿ 13 ਦੀਆਂ 13 ਜਿੱਤਾਂਗੇ ਅਸੀਂ, ਅਤੇ ਪੂਰੇ ਦਮਖਮ ਦੇ ਨਾਲ ਆਪਣੇ ਕੁਝ ਮੰਤਰੀਆਂ ਨੂੰ ਵੀ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ ਵਾ ਅਤੇ ਹੋਰ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਵੀ ਜਿਹੜਾ ਵਾ ਮੈਦਾਨ ਦੇ ਵਿੱਚ ਉਤਾਰ ਰਹੀ ਆ ਅਤੇ ਕਾਂਗਰਸ ਵੀ ਆਪਣੀ ਪੂਰੀ ਤਿਆਰੀ ਦੇ ਨਾਲ ਵਿੱਚ ਰੁੱਝੀ ਹੋਈ ਆ ਅਤੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੀ, ਅਤੇ ਜਿਹੜਾ ਦੁਆਬਾ ਬੈਲਟ ਆ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਵੀ ਕਾਫੀ ਤਕੜਾ ਰੋਲ ਆ, ਕਿਉਂਕਿ ਇੱਥੇ ਜਿਹੜੀ ਉਹਨਾਂ ਦੀ ਕਾਫੀ ਵੋਟ ਆ ਉਹ ਕਿਸ ਪਾਸੇ ਨੂੰ ਕਰਵਟ ਲੈਂਦੀ ਆ, ਜਾਂ ਉਹ ਵੋਟ ਜਿਹੜੀ ਕਿਸ ਪਾਸੇ ਨੂੰ ਖਿਸਕਦੀ ਆ, ਜਾਂ ਉਹ ਬਹੁਜਨ ਸਮਾਜ ਪਾਰਟੀ ਨੂੰ ਹੀ ਵੋਟ ਉਹਨਾਂ ਦੀ ਜਿਹੜੀ ਪੈਂਦੀ ਆ, ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਅਤੇ ਇਸ ਦਾ ਵੀ ਬਹੁਤ ਵੱਡਾ ਪ੍ਰਭਾਵ ਪੈਣਾ ਵਾ। ਜਿਸ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ED ਦਾ ਡਰ, CBI ਦਾ ਡਰ, ਜਿਹੜੀਆਂ ਸਰਕਾਰੀ ਏਜੰਸੀਆਂ ਦਾ ਲੀਡਰਾਂ ਨੂੰ ਡਰ ਦਿੱਤਾ ਜਾ ਰਿਹਾ, ਇਹ ਇੱਕ ਜਿਹੜੀ ਮੈਂ ਸਮਝਦਾ ਵੀ ਜਿਹੜੀ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਪਿਰਤ ਪੈ ਰਹੀ ਆ, ਇਹ ਬਹੁਤ ਮਾੜੀ ਆ। ਮੈਂ ਇਹ ਨਹੀਂ ਚਾਹੁੰਦਾ ਕਿ ਜਿਹੜੇ ਜਿਨ੍ਹਾਂ ਨੇ ਕੋਈ ਗਲਤੀ ਕੀਤੀ ਆ ਜਾਂ ਜਿਨ੍ਹਾਂ ਨੇ ਜੇ ਫਰਾਡ ਕੀਤੇ ਨੇ ਅਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇ, ਉਹਨਾਂ ਨੂੰ ਮਾਫ਼ ਕਰਨ ਦੀ ਗੱਲ ਨਹੀਂ, ਪਰ ਜਿਸ ਤਰ੍ਹਾਂ ED ਦਾ ਡਰ ਜਿਹੜਾ ਪਾਇਆ ਜਾ ਰਿਹਾ ਵਾ, ਜੇ ਕਿਸਾਨਾਂ ਦੀ ਕੋਈ ਮਦਦ ਕਰਦਾ ਰਿਹਾ ਕਿਸਾਨ ਅੰਦੋਲਨ ਦੇ ਵਿੱਚ ਉਹਦੇ 'ਤੇ ਵੀ ਛਾਪੇ, ਜੇ ਕੋਈ ਹੋਰ ਬੋਲਣ ਦੀ ਕੋਸ਼ਿਸ਼ ਕਰਦਾ ਵਾ ਅਤੇ ਉਹ 'ਤੇ ਵੀ ED ਦੇ ਛਾਪੇ, ਏਜੰਸੀਆਂ ਦੇ ਛਾਪੇ। ਜਿਸ ਤਰ੍ਹਾਂ ਸਰਕਾਰੀ ਏਜੰਸੀਆਂ ਨੂੰ ਦੀ ਵਰਤੋਂ ਕੀਤੀ ਜਾ ਰਹੀ ਆ, ਮੈਂ ਇਹ ਨਹੀਂ ਕਹਿ ਰਿਹਾ ਵੀ ਵਰਤੋਂ ਪਹਿਲਾਂ ਨਹੀਂ ਹੁੰਦੀ ਰਹੀ, ਪਹਿਲਾਂ ਵੀ ਹੁੰਦੀ ਰਹੀ ਉਹ ਪਰ ਲੁਕਵੇਂ ਰੂਪ ਦੇ ਵਿੱਚ, ਅਤੇ ਜਿਸ ਤਰ੍ਹਾਂ ਸ਼ਰੇਆਮ ਹੁਣ ਲੁਕਵੇਂ ਰੂਪ ਦੇ ਵਿੱਚ ਨਹੀਂ, ਸ਼ਰੇਆਮ ਹੀ ਜਿਹੜੀ ਸਰਕਾਰੀ ਏਜੰਸੀਆਂ ਦੀ ਜਿਹੜੀ ਆ ਇੱਕ ਸਾਲ ਦੀ ਦੁਰਵਰਤੋਂ ਕੀਤੀ ਜਾ ਰਹੀ ਆ, ਉਹ ਆਉਣ ਵਾਲੇ ਸਮੇਂ ਵਾਸਤੇ ਚਿੰਤਾ ਦਾ ਵਿਸ਼ਾ ਵਾ।
ਕਿਉਂਕਿ ਦੇਸ਼ ਦੇ ਵਿੱਚ ਇੱਕ ਨਵੀਂ ਲੀਹ ਪੈ ਰਹੀ ਆ। ਇਸੇ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਨੇ ਜਿਹੜਾ ਕੱਲ੍ਹ ਆ ਸਮੁੱਖ ਤੌਰ 'ਤੇ ਜਿਹੜੀ ਇੱਕ ਸਾਲ ਦੀ ਭੁੱਖ ਹੜਤਾਲ ਰੱਖੀ ਆ ਕਿ ਇਹ ਜਿਹੜੀ ਸਾਡੇ ਨਾਲ ਵਧੀਕੀ ਹੋ ਰਹੀ ਆ, ਅਰਵਿੰਦ ਕੇਜਰੀ ਦੇ ਨਾਲ ਵਧੀਕੀ ਹੋ ਰਹੀ ਆ, ਵੀ ਇਸੇ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਕਿ ਪ੍ਰਚਾਰ ਚੋਣਾਂ ਦੇ ਵਿੱਚ ਉਹ ਨਾ ਕਰ ਸਕੇ। ਅਤੇ ਫੈਸਲਾ ਤਾਂ ਵੈਸੇ ਲੋਕਾਂ ਦੇ ਹੱਥ ਦੇ ਵਿੱਚ ਆ, ਵੋਟਾਂ ਦੇ ਹੱਥ ਦੇ ਵਿੱਚ ਆ, ਵੋਟਰ ਜਿਹੜੇ ਆ ਉਹ ਕਿਸ ਪਾਸੇ ਨੂੰ ਜਾਂਦੇ ਨੇ, ਕਿਸ ਪਾਰਟੀ ਵੱਲ ਉਹਨਾਂ ਦਾ ਚੁਕਾਅ ਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਤਾਂ ਬਹੁਤੀਆਂ ਜ਼ਿਆਦੀਆਂ ਸੀਟਾਂ ਨੇ, ਸਿਰਫ 13 ਲੋਕ ਸਭਾ ਦੀਆਂ ਸੀਟਾਂ ਨੇ, ਅਤੇ ਪਾਰਟੀਆਂ ਆਪਣੀ ਪੂਰੇ ਦਮਖਮ ਨਾਲ ਲੜਨਗੀਆਂ, ਪਰ ਜਿਹੜੀ ਚਾਬੀ ਆ ਉਹ ਤਾਂ ਵੋਟਰਾਂ ਦੇ ਹੱਥ ਦੇ ਵਿੱਚ ਨਾ। ਹੁਣ ਵੋਟਰ ਕਿਸ ਪਾਸੇ ਨੂੰ ਜਾਂਦੇ ਨੇ, ਕਿਹੜੇ ਉਹ ਮਸਲੇ, ਕਿਹੜੀ ਪਾਰਟੀ ਕਿਹੜੇ ਮਸਲੇ ਉਠਾਉਂਦੀ ਆ, ਅਤੇ ਵੋਟਰ ਉਹ 'ਤੇ ਕੀ ਪ੍ਰਤੀਕਰਮ ਕਰਦੇ ਨੇ, ਕਿਉਂਕਿ ਕਿਸਾਨਾਂ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਮੁੱਦਾ, ਉਹਦੇ ਬਾਰੇ ਕੋਈ ਵੀ ਪਾਰਟੀ ਕਲੀਅਰ ਕੱਟ ਫੈਸਲਾ ਜਿਹੜਾ ਨਹੀਂ ਲੈ ਰਹੀ। ਭਾਵੇਂ ਕਾਂਗਰਸ ਨੇ ਆਪਣੇ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਇਹ ਲਿਖੀਆਂ ਹੋਈਆਂ ਨੇ, ਅਤੇ ਹੁਣ ਉਹ ਵੇਖੋ ਵੀ ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀਆਂ ਵਾ, ਉਹ ਕਿਸ ਪਾਸੇ ਨੂੰ ਕਰਵਟ ਲੈਂਦੀਆਂ ਨੇ, ਕਿਉਂਕਿ ਵੋਟਾਂ ਤਾਂ ਉਹਨਾਂ ਵੀ ਪਾਉਣੀਆਂ ਨੇ, ਉਹਨਾਂ ਦੇ ਪਰਿਵਾਰਾਂ ਨੇ ਵੀ ਪਾਉਣੀਆਂ ਨੇ, ਕਿਉਂਕਿ ਕਿਸਾਨੀ ਦਾ ਮੁੱਦਾ ਬੜਾ ਅਹਿਮ ਮੁੱਦਾ ਵਾ। ਇਸੇ ਮੁੱਦੇ 'ਤੇ ਹੀ ਜਿਹੜਾ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਏਕਤਾ ਨਹੀਂ ਹੋ ਸਕੀ ਹੈਗੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਪੰਜਾਬ ਦੀ ਸਿਆਸਤ ਆ ਕਿਸ ਪਾਸੇ ਨੂੰ ਜਾਂਦੀ ਆ ਇਹ ਪਤਾ ਲੱਗ ਜਾਏਗਾ। ਭਾਵੇਂ ਪੰਜਾਬ ਦੇ ਵਿੱਚ ਅਖੀਰਲੇ ਦਿਨ 1 ਜੂਨ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਅਤੇ 4 ਜੂਨ ਨੂੰ ਜਿਹੜੇ ਰਿਜ਼ਲਟ ਆ ਜਾਣੇ ਨੇ, ਹਜੇ ਪਾਰਟੀਆਂ ਦੇ ਕੋਲ ਸਮਾਂ ਵੀ ਹੈ ਆਪਣੇ ਕੈਂਡੀਡੇਟ ਜਿਹੜੇ ਆ ਉਹ ਲੱਭਣ ਦਾ, ਅਤੇ ਪਰ ਆਮ ਆਦਮੀ ਪਾਰਟੀ ਨੇ ਇਹਦੇ ਵਿੱਚ ਪਹਿਲ ਕਰ ਦਿੱਤੀ ਆ, ਅਤੇ ਕੁਝ BJP ਨੇ ਵੀ ਜਿਹੜੇ ਉਮੀਦਵਾਰ ਆ ਉਹ ਚੋਣ ਮੈਦਾਨ ਦੇ ਵਿੱਚ ਜਿਹੜੇ ਆ ਉਹ ਉਤਾਰ ਦਿੱਤੇ ਗਏ ਆ। ਜਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਐਲਾਨਿਆ ਜਾ ਚੁੱਕਿਆ ਸੀ ਕਿ ਅਸੀਂ BJP ਦੇ ਉਮੀਦਵਾਰਾਂ ਦਾ ਜਿਹੜਾ ਵਿਰੋਧ ਕਰਾਂਗੇ, ਅਤੇ ਉਹ ਵਿਰੋਧ ਜਿਹੜਾ ਹੁਣ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਫਰੀਦਕੋਟ ਦੇ ਵਿੱਚ ਵੀ ਸਾਹਮਣੇ ਆਇਆ, ਅੰਮ੍ਰਿਤਸਰ ਦੇ ਵਿੱਚ ਵੀ, ਹੋਰ ਸੀਟਾਂ 'ਤੇ ਵੀ ਜਿਹੜਾ BJP ਦੇ ਕੈਂਡੀਡੇਟਾਂ ਦਾ ਵਿਰੋਧ ਆ ਉਹ ਕਿਸਾਨ ਜਥੇਬੰਦੀਆਂ ਡਟ ਕੇ ਕਰਨਗੀਆਂ। ਅੰਮ੍ਰਿਤਸਰ ਤੋਂ ਜਿਹੜੇ ਤਰਨਜੀਤ ਸਿੰਘ ਕੈਂਡੀਡੇਟ ਬਣਾਏ ਗਏ ਨੇ ਭਾਰਤੀ ਜਨਤਾ ਪਾਰਟੀ ਵੱਲੋਂ, ਠੀਕ ਆ ਉਹਨਾਂ ਦਾ ਪਿਛੋਕੜ ਬਹੁਤ ਵਧੀਆ। ਤੇਜਾ ਸਿੰਘ ਸਮੁੰਦਰੀ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਸੀਗੇ, ਅਤੇ ਉਹਨਾਂ ਦਾ ਚੰਗਾ ਨਾਮ ਆ ਲੋਕਾਂ ਦੇ ਵਿੱਚ, ਬਹੁਤ ਵੱਡੀ ਕੁਰਬਾਨੀ ਵੀ ਆ ਉਹਨਾਂ ਦੀ, ਅਤੇ ਪਰ ਹੁਣ ਲੋਕ ਉਸ ਕੁਰਬਾਨੀ ਨੂੰ ਕਿੰਨੀ ਕੁ ਤਰਜੀਹ ਦਿੰਦੇ ਨੇ, ਲੋਕ ਹੁਣ ਉਹਨਾਂ ਦੀ ਕੁਰਬਾਨੀ ਦੇ ਮੁਤਾਬਕ ਵੋਟਾਂ ਪਾਉਂਦੇ ਨੇ ਜਾਂ ਹੁਣ ਦੇ ਹਾਲਾਤਾਂ ਦੇ ਮੁਤਾਬਕ ਵੋਟਾਂ ਪਾਉਂਦੇ ਨੇ, ਕਿਉਂਕਿ BJP ਜਿਹੜੀ ਆ ਉਹ ਲਗਾਤਾਰ ਕਿਸਾਨੀ ਅੰਦੋਲਨ ਦਾ ਜਿਹੜਾ ਵਿਰੋਧ ਕਰ ਰਹੀ ਹੈ, ਅਤੇ ਕਿਸਾਨੀ ਮੰਗਾਂ ਜਿਹੜੀਆਂ ਵਾ ਉਹ ਨਹੀਂ ਮੰਨ ਰਹੀ, ਅਤੇ ਇਸ ਕਰਕੇ ਜਿਹੜੇ ਕਿਸਾਨਾਂ ਦੇ ਵਿੱਚ BJP ਦੇ ਖਿਲਾਫ ਬੜਾ ਗੁੱਸਾ ਵਾ, ਅਤੇ ਉਹ ਗੁੱਸਾ ਕਿਸ ਪਾਰਟੀ ਦੇ ਵੱਲ ਜਾਂਦਾ, ਉਹ ਵੋਟਾਂ ਕਿਸ ਪਾਸੇ ਨੂੰ ਜਾਂਦੀਆਂ। ਮੈਨੂੰ ਲੱਗਦਾ ਜਿਹੜੇ ਪਾਸੇ ਪਾਰਟੀ ਦੇ ਵੱਲ ਕਿਸਾਨਾਂ ਦੀਆਂ ਵੋਟਾਂ ਚਲੀਆਂ ਗਈਆਂ ਉਹੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਜਿੱਤੂ ਲੈ ਸਕਦੀ ਆ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸਾਨਾਂ ਦੀਆਂ ਵੋਟਾਂ ਕਿਸ ਪਾਸੇ ਨੂੰ ਜਾਂਦੀਆਂ ਨੇ ਜਾਂ ਕਿੰਨੇ ਕੁ ਜਿਹੜੇ ਨਾਅਰੇ ਨੇ ਉਹ ਦੂਸਰੀਆਂ ਪਾਰਟੀਆਂ ਜਾਂ ਖੁਦ BJP ਜਿਹੜੀ ਉਹ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲੈਂਦੀ ਆ, ਅਤੇ ਉਹਦੇ ਮੁਤਾਬਕ ਹੀ ਜਿਹੜੇ ਪੰਜਾਬ ਦੀਆਂ ਵੋਟਾਂ ਨੇ ਉਹ ਤੈਅ ਹੋਣੀਆਂ ਨੇ। ਹਾਂ, ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਆਪਾਂ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਕੋਈ ਬਹੁਤਾ ਕੋਈ ਲਾਭ ਹੁੰਦਾ ਵਾ, ਕਈ ਵਾਰ ਹੁੰਦਾ ਵਾ ਵੀ ਹਮਦਰਦੀ ਦੀ ਵੋਟ ਵੀ ਪੈ ਜਾਂਦੀ ਆ ਵੀ ਵਾਕਈ ਕੇਂਦਰ ਸਰਕਾਰ ਜਿਹੜੀ ਆ ਉਹ ਵਧੀਕੀ ਕਰ ਰਹੀ ਆ ਅਤੇ ਉਸਨੂੰ ਜਿਹੜੀ ਆ ਉਹ ਕੋਈ ਫਾਇਦਾ ਹੋ ਜਾਵੇ। ਹਾਂ, ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਕੋਈ ਥੋੜ੍ਹਾ ਬਹੁਤਾ ਅੰਤਰ ਪੈ ਵੀ ਸਕਦਾ ਅਤੇ ਉਹਦੇ ਨਾਲ ਜਿਹੜੀ ਸਥਿਤੀ ਆ ਪਾਰਟੀ ਦੀ ਬਦਲ ਸਕਦੀ ਆ, ਪਰ ਇਹ ਲੋਕਾਂ ਦੇ ਹੱਥ ਦੇ ਵਿੱਚ ਹੀ ਆ ਕਿ ਲੋਕ ਕਿਸ ਪਾਸੇ ਨੂੰ ਜਾਂ ਕਿਸ ਨੂੰ ਚੰਗਾ ਚਾਹੁੰਦੇ ਨੇ, ਉਸੇ ਨੂੰ ਜਿਸ ਨੂੰ ਵੋਟ ਪਾਉਣਗੇ ਉਸੇ ਨੇ ਜਿੱਤਣਾ ਵਾ। ਸੋ ਦਰਸ਼ਕੋ, ਇਹ ਸੀ ਪ੍ਰੋਗਰਾਮ ਲੋਕ ਆਵਾਜ਼, ਮੈਨੂੰ ਸੰਤੋਖ ਸਿੰਘ ਪਰਨੂ ਇੱਥੇ ਦਿਵਾ ਗਿਆ, ਜਾਣਾ ਕਿਤੇ ਨਹੀਂ, ਦੇਖਦੇ ਰਹਿਣਾ ਦੀ TV NRI। ਸਤਿ ਸ਼੍ਰੀ ਅਕਾਲ।